ਅਸਲ ਦੇ ਵਿੱਚ ਕਿਸ ਤਰ੍ਹਾਂ ਦੀ ਮੀਟਿੰਗ ਹੋਈ ਸ਼ਾਰਟਕੱਟ ਦੇ ਵਿੱਚ ਵੀ ਕੀ ਕਹਿਣਾ ਚਾਹੁੰਦੇ ਸੀ ਤੁਸੀਂ ਆਪਣੇ ਸਟੈਂਡ ਤੇ ਕਿਸ ਤਰ੍ਹਾਂ ਕਾਇਮ ਹੋਏ? ਕੱਲ ਸਰਦਾਰ ਸੁਖਬੀਰ ਸਿੰਘ ਆਏ ਸੀ, SGPC ਦੇ ਪ੍ਰਧਾਨ ਸਾਹਿਬ ਵੀ ਆਏ ਸੀ, ਚੰਦੂ ਮਹਾਜਰਾ ਸਾਹਿਬ ਵੀ ਆਏ ਸੀਗੇ ਤੇ ਸਾਰੇ ਆਏ ਸੀਗੇ। ਉਹਨਾਂ ਦੀ ਸਾਡੀ ਪਾਰਟੀ ਨੇ ਬਹੁਤ ਇੱਜ਼ਤ ਕੀਤੀ, ਪਰ ਉਹ ਕੋਈ ਠੋਸ ਗੱਲ ਕਰਨ ਨਹੀਂ ਆਏ ਹੈਗੇ। ਉਹ ਕਹਿੰਦੇ ਸੀਗੇ ਕਿ ਆਪਾਂ ਸਾਂਝਾ ਕੈਂਡੀਡੇਟ ਖੜਾ ਕਰੀਏ ਤੇ ਉਹ ਹੋਵੇ ਬੰਦੀ ਪਰਿਵਾਰ ਦੇ ਵਿੱਚੋਂ। ਤੇ ਮੈਂ ਕਿਹਾ ਇਹ ਬਹੁਤ ਅੱਛੀ ਗੱਲ ਹੈ, ਪਰ ਪਾਰਲੀਮੈਂਟ ਦਾ ਬਹੁਤ ਜ਼ਿਆਦਾ ਸੰਜੀਦਗੀ ਦਾ ਮਾਮਲਾ ਹੁੰਦਾ ਹੈ ਤੇ ਉੱਥੇ ਉਹੋ ਜਿਹੇ ਨੁਮਾਇੰਦੇ ਨੂੰ ਜਾਣਾ ਚਾਹੀਦਾ ਜਿਹੜਾ ਮੋਦੀ ਦੇ ਨਾਲ ਤੇ ਅਮਿਤ ਸ਼ਾਹ ਦੇ ਨਾਲ ਅੱਖ ਪਾ ਕੇ ਬੰਦੀਆਂ ਦੀ ਗੱਲ ਕਰ ਸਕੇ। ਆਪਾਂ MP ਭੇਜਦੇ ਹਾਂ ਜਿਹੜੇ ਸੁੱਚੇ ਮੂੰਹ ਚਲੇ ਜਾਂਦੇ ਆ, ਸੁੱਚੇ ਮੂੰਹ ਵਾਪਸ ਆ ਜਾਂਦੇ ਆ, ਉਹਨਾਂ ਦਾ ਕੀ ਫਾਇਦਾ? ਉਹ ਭੱਠਾ ਲੈ ਆਉਂਦੇ ਆ, ਹੋਰ ਚੀਜ਼ਾਂ ਉਹਨਾਂ ਦੇ ਹੱਕ ਦੇ ਵਿੱਚ ਹੁੰਦੀਆਂ, ਪਰ ਪੰਜਾਬ ਜਾਂ ਕੌਮ ਦਾ ਮਸਲੇ ਦੇ ਉੱਤੇ ਤਾਂ ਉਹ ਕਦੇ ਬੋਲੇ ਨਹੀਂ ਹੈ। ਜੇ ਨਵਾਂ ਕਾਨੂੰਨ BJP RSS ਨੇ ਬਣਾਇਆ ਖੇਤੀਬਾੜੀ 'ਤੇ, ਫਿਰ ਆਪਣੇ ਭੇਜੇ MP ਉਸੇ ਕਾਨੂੰਨ ਦੀ ਤਾਈਦ ਕਰ ਦਿੰਦੇ ਹੈ ਅਤੇ ਉਸੇ ਕਾਨੂੰਨ ਦੇ ਖਿਲਾਫ ਐਡੇ ਵੱਡੇ ਜੱਦੋਜਹਿਦ ਜਿਹੜੇ ਸਾਡੇ ਖੇਤ ਮਜ਼ਦੂਰ ਹੈ, ਜਿਹੜੇ ਸਾਡੇ ਖੇਤੀ ਕਰਨ ਵਾਲੇ ਹੈਗੇ ਹੈ, ਉਹ ਕਰਦੇ ਹੈ ਅਤੇ ਉਸ ਕਾਨੂੰਨ ਨੂੰ ਭੰਗ ਕਰਾਉਂਦੇ ਹੈ। ਇਹਦਾ ਮਤਲਬ ਹੈ ਕਿ ਜਿਹੜੇ MP ਆਪਾਂ ਭੇਜਦੇ ਹੈ ਉਹਨਾਂ ਨੂੰ ਸਾਡੇ ਪੰਜਾਬ ਅਤੇ ਲੋਕਾਂ ਦੀ ਨਬਜ਼ ਦਾ ਪਤਾ ਨਹੀਂ ਹੈ। ਹੁਣ ਆਪਣਾ ਧੂਰੀ ਹੈ, ਇੱਥੇ ਗੰਨਾ ਮਿੱਲ ਹੈਗੀ ਹੈ ਅਤੇ ਹੋਰ ਵੀ ਗੰਨਾ ਮਿੱਲਾਂ ਹੈਗੀਆਂ, ਪਰ ਅਜੇ ਤੱਕ ਸਰਕਾਰ ਗੰਨੇ ਦਾ ਮਾਮਲਾ ਹੱਲ ਹੀ ਨਹੀਂ ਕਰ ਸਕਦੀ ਅਤੇ ਨਾ ਅਜੇ ਤੱਕ ਪਿਛਲੇ ਪੈਸੇ ਦਿੱਤੇ ਹੈਗੇ ਹੈ ਜਿਹੜਾ ਗੰਨਾ ਮਿੱਲਾਂ ਨੇ ਖਰੀਦ ਲਿਆ। ਫਿਰ ਮੇਰੇ ਸਰੂਪ ਦੇ ਵਿੱਚ ਘੱਗਰ ਦਾ ਮਸਲਾ ਹੈਗਾ। ਪਿਛਲੀ ਵਾਰੀ ਜਦੋਂ ਤੁਸੀਂ ਮੈਨੂੰ MP ਬਣਾਇਆ ਸੀ, ਫਿਰ ਜਿਹੜੇ ਪਟਿਆਲੇ ਦੇ MP ਸੀ, ਮਹਾਰਾਣੀ ਪਟਿਆਲਾ, ਉਹਨਾਂ ਨੂੰ ਮੈਂ ਨਾਲ ਲੈ ਕੇ ਗਿਆ ਅਤੇ ਦਿੱਲੀ ਦੀ ਹਕੂਮਤ ਦੇ ਨਾਲ ਗੱਲਬਾਤ ਕੀਤੀ ਕਿ ਹਰੇਕ ਸਾਲ ਇਹ ਲੱਖਾਂ ਕਰੋੜਾਂ ਰੁਪਏ ਦੀ ਫਸਲ ਰੋੜ ਕੇ ਲੈ ਜਾਂਦਾ ਅਤੇ ਜੇ ਇਹਦੇ ਉੱਤੇ ਨੱਥ ਪਾਈ ਜਾਵੇ ਤਾਂ ਉਹ ਜਿਹੜੀ ਕਰੋੜਾਂ ਅਰਬਾਂ ਦੀ ਫਸਲ ਰੁੜਦੀ ਹੈ ਉਹਦੇ ਨਾਲ ਹੀ ਜਿਹੜਾ ਖਰਚਾ ਇਹਨੂੰ ਨੱਥ ਪਾਉਣ ਦੇ ਉੱਤੇ ਹੋਊਗਾ ਉਹੀ ਪੂਰਾ ਕਰ ਦੂਗੀ। ਇੱਕ ਚੀਜ਼ ਤਾਂ ਮੈਂ ਇਹ ਕਰਤੀ ਕਿ ਘੱਗਰ ਦੇ ਉੱਤੇ ਰੋਕ ਲਗਵਾਤੀ। ਹੁਣ ਬਹੁਤ ਚਿਰ ਹੋ ਗਿਆ, ਹੁਣ ਫਿਰ ਸਾਨੂੰ ਦੇਖਣਾ ਪਊਗਾ ਕਿ ਮੌਨਸੂਨ ਚੜਿਆ ਆ ਰਿਹਾ ਹੈ ਕਿ ਜਿੰਨੀਆਂ ਵੀ ਸਾਡੀਆਂ ਨਹਿਰਾਂ ਹੈਗੀਆਂ, ਜਿਹੜੇ ਵੀ ਸਾਡੇ ਨਾਲੇ ਹੈਗੇ ਹੈ, ਜਿਹੜਾ ਘੱਗਰ ਹੈ ਉਸ ਦੀ ਮੁਰੰਮਤ ਹੋਈ ਹੈ ਕਿ ਨਹੀਂ ਹੋਈ। ਫਿਰ ਮੇਰੇ ਵੇਲੇ 5 ਸਾਲ 'ਚ ਕੋਈ ਵੀ ਕਿਸਾਨਾਂ ਦਾ ਮਸਲਾ ਨਹੀਂ ਉੱਭਰਿਆ, ਸਾਰਿਆਂ ਨੂੰ ਆਪਣਾ ਆਪਣਾ ਥਾਂ ਮਿਲਦਾ ਸੀਗਾ, ਸਾਰੇ ਟਰਾਂਸਪੋਰਟਰ ਨੂੰ ਕੋਈ ਤਕਲੀਫ ਨਹੀਂ ਸੀਗੀ, ਜਿੰਨੇ ਵੀ ਪ੍ਰੇਮੀ ਸੀਗੇ ਇਹਨਾਂ ਨੂੰ ਕੋਈ ਤਕਲੀਫ ਨਹੀਂ ਸੀ, ਜਿੰਨੇ ਵੀ ਨਿਰੰਕਾਰੀ ਸੀ ਉਹਨਾਂ ਨੂੰ ਕੋਈ ਤਕਲੀਫ ਨਹੀਂ ਸੀ, ਜਿਹੜੇ ਸਾਡੇ ਲਾਲੇ ਬਾਣੀਏ ਟ੍ਰੇਡਰਸ ਹੈ ਉਹਨਾਂ ਦੇ ਉੱਤੇ ਨਜਾਇਜ਼ ਕੋਈ ਇਨਕਮ ਟੈਕਸ ਦੀ ਜਾਂ ED ਦੀ ਰੇਡ ਨਹੀਂ ਪੈਣ ਦਿੱਤੀ ਹੈਗੀ।
ਇਹ ਮੈਂ ਜ਼ਰੂਰ ਖਿਆਲ ਰੱਖਿਆ ਕਿ ਬਤੌਰ ਐਮ ਪੀ ਮੇਰੇ ਬਗੈਰ ਪੁੱਛਿਆ ਸਰਕਾਰ ਸੈਂਟਰ ਜਾਂ ਸਟੇਟ ਕਿਸੇ ਦੇ ਉੱਤੇ ਸੀ ਬੀ ਆਈ ਜਾਂ ਈ ਡੀ ਦੀ ਕੋਈ ਵੀ ਛਾਪਾ ਨਾ ਮਾਰੇ। ਸੋ ਸਾਡਾ ਪੰਜਾਬ ਅਤੇ ਸੰਗਰੂਰ 5 ਸਾਲ ਵਧੀਆ ਚੱਲਿਆ। ਫਿਰ ਮੈਂ ਇੱਥੇ ਪੂਰੀ ਸਮਝੌਤਾ ਐਕਸਪ੍ਰੈਸ ਲਾ ਤੀ ਸੀਗੀ ਬਠਿੰਡੇ ਤੱਕ, ਪਰ ਕਿਉਂ ਕਰਕੇ ਉਹਦੇ 'ਤੇ ਸਫ਼ਰ ਕਰਨ ਵਾਲੇ ਘੱਟ ਸੀਗੇ, ਇਸ ਕਰਕੇ ਉਸ ਨੂੰ ਬੰਦ ਕਰਨਾ ਪਿਆ। ਮੈਨੂੰ ਉਮੀਦ ਸੀਗੀ ਕਿ ਜਿੰਨੇ ਵੀ ਸੰਗਰੂਰ ਬਠਿੰਡੇ ਦੇ ਲਾਲੇ ਬਾਣੀਏ ਹੈ ਇਹ ਦਿੱਲੀ ਜਾਣਗੇ ਵਪਾਰ ਦੇ ਲਈ ਅਤੇ ਵਪਾਰ ਵਧੂਗਾ, ਪਰ ਸਾਡੇ ਜਿੰਨੇ ਵੀ ਵਪਾਰੀ ਸੀ ਉਹਨਾਂ ਨੇ ਇਹ ਚੀਜ਼ ਇਸਤੇਮਾਲ ਨਹੀਂ ਕੀਤੀ ਕਿ ਸ਼ਤਾਬਦੀ ਗੱਡੀ ਇੱਥੇ ਲੱਗ ਗਈ ਹੈ। ਕੋਈ ਅਜਿਹਾ ਕੰਮ ਨਹੀਂ ਹੋਣ ਦਿੱਤਾ ਜਿਹੜਾ ਕਿ ਮੇਰੇ ਇਲਾਕੇ ਦੇ ਵਿੱਚ ਕਿਸੇ ਨੂੰ ਤਕਲੀਫ ਹੋਵੇ। ਨਵੀਆਂ ਸੜਕਾਂ ਬਣਾ ਤੀਆਂ ਬਰਨਾਲੇ ਤੋਂ ਸ਼ੇਰਪੁਰ, ਜੇ ਹੋਰ ਰਹਿੰਦਾ ਉਦੋਂ ਨੂੰ ਫਿਰ ਮੈਂ ਮਲੇਰਕੋਟਲੇ ਨਾਲ ਜੋੜ ਦੇਣਾ ਸੀਗਾ। ਸੋ ਸਾਰੀਆਂ ਸੜਕਾਂ ਨਵੀਆਂ ਪਿੰਡਾਂ ਦੀਆਂ ਬਣਵਾਈਆਂ, ਸਾਰੀਆਂ ਸੜਕਾਂ ਦੇ ਉੱਤੇ ਪੇੜ ਲਵਾਏ ਹੈ। ਅੱਜ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਇਹ ਪੂਰੀ ਛਾਂ ਕਰਦੇ ਹੈ। ਸੋ ਕਿਸੇ ਨੂੰ ਤਕਲੀਫ ਨਹੀਂ ਹੋਣ ਦਿੱਤੀ ਕਿਸੇ ਤਰ੍ਹਾਂ ਦੀ, ਔਰ ਜੇ ਕੋਈ ਨੁਕਸਾਨ ਕਰਨਾ ਚਾਹੁੰਦਾ ਸੀਗਾ ਜਬਰ, ਸਰਕਾਰ ਉਸ ਨੂੰ ਕਹਿ ਦਿੰਦੀ ਸੀਗੀ ਕਿ ਸਿਮਰਨਜੀਤ ਸਿੰਘ ਮਾਨ ਨੂੰ ਪੁੱਛ ਲਓ ਕਿ ਇਹ ਸਰਕਾਰ ਕਰ ਦੇਵੇ, ਅਤੇ ਮੇਰਾ ਜਵਾਬ ਹੁੰਦਾ ਸੀ ਨਹੀਂ, ਇਸ ਤਰ੍ਹਾਂ ਨਹੀਂ ਆਪਾਂ ਕਰ ਸਕਦੇ ਹੈਗੇ। ਡੀ ਸੀ ਨੂੰ, ਦੋ ਮੇਰੇ ਡੀ ਸੀ ਸੀ ਬਰਨਾਲੇ ਦਾ ਅਤੇ ਸੰਗਰੂਰ ਦਾ, ਕਿ ਅਸੀਂ ਨਹੀਂ ਇਸ ਤਰ੍ਹਾਂ ਹੋਣ ਦਿੰਦੇ। ਫਿਰ ਜਿਹੜੀਆਂ ਡਰੇਨਾਂ ਸੀ ਜਿਨ੍ਹਾਂ ਦੇ ਵਿੱਚ ਗੰਦਾ ਕੈਮੀਕਲ ਦਾ ਪਾਣੀ ਜਾਂਦਾ ਸੀਗਾ, ਅਤੇ ਸਾਡੇ MLA ਆਪਣੇ ਪਿੰਡ ਛੱਡ ਕੇ ਬਰਨਾਲੇ ਕੋਠੀਆਂ ਬਣਾ ਲਈਆਂ, ਕਿਉਂ ਕਰਕੇ ਉਹ ਨਾਲੇ ਦੇ ਨਾਲ ਉਹ ਰਹਿ ਨਹੀਂ ਸੀ ਸਕਦੇ। ਇਹ ਮੈਂ ਨਾਂ ਲੈਂਦਾ ਘੁੰਨਸ ਸਾਹਿਬ ਦਾ, ਸਾਡੇ ਵਜ਼ੀਰ ਵੀ ਰਹੇ ਹੈ, ਪਰ ਉਹਦੇ 'ਚ ਮੇਰੀ ਕਾਮਯਾਬੀ ਨਹੀਂ ਹੋਈ, ਪਰ ਗੱਲ ਸ਼ੁਰੂ ਮੈਂ ਕਰ ਦਿੱਤੀ ਸੀਗੀ। ਫਿਰ ਮੈਂ ਗੱਲ ਇੱਥੇ PGI ਦੀ ਕੀਤੀ ਸ਼ੁਰੂ, ਉਹ ਗੱਲ ਰਜਿਸਟਰ ਹੋ ਗਈ ਗਵਰਨਮੈਂਟ ਦੇ ਵਿੱਚ। ਫਿਰ ਮੇਰੇ ਆਉਣ ਵਾਲੇ MP ਸਿੰਗਲਾ ਸਾਹਿਬ ਨੇ ਆਹ ਜਿਹੜੀ ਕੋਠੀ ਹੈਗੀ ਹੈ ਨਾਲੇ ਦੇ ਉੱਤੇ, ਉੱਥੇ ਅੱਜ ਤੁਹਾਡੇ ਕੋਲ PGI ਹੈ, ਅੱਜ ਤੁਹਾਡੇ ਕੋਲ ਟਾਟਾ ਦਾ ਕੈਂਸਰ ਦਾ ਹੋਸਪਿਟਲ ਹੈ, ਹਰੇਕ ਚੀਜ਼ ਦਾ, ਪੈਨਸ਼ਨਾਂ ਦਾ ਪੂਰਾ ਖਿਆਲ ਰੱਖਿਆ, ਵਿਧਵਾ ਪੈਨਸ਼ਨ ਦਾ ਪੂਰਾ ਖਿਆਲ ਰੱਖਿਆ, ਕਿਸੇ ਦਾ ਲਾਂਭਾ ਨਹੀਂ ਆਇਆ 5 ਸਾਲ। ਸੋ ਮੈਂ ਸਮਝਦਾ ਕਿ ਮੇਰੀ 5 ਸਾਲ ਦੀ ਟਰਮ ਇੱਥੇ ਬਹੁਤ ਵਧੀਆ ਲੰਘੀ ਹੈ, ਕਿਸੇ ਨੂੰ ਤਕਲੀਫ ਨਹੀਂ ਹੋਣ ਦਿੱਤੀ। ਉਹੀ ਚੀਜ਼ ਹੁਣ ਆਪਾਂ ਕਰਾਂਗੇ ਜੇ ਮੈਨੂੰ ਲੋਕ ਵੋਟ ਪਾ ਕੇ MP ਬਣਾਉਣਗੇ। ਜਿਹੜੀਆਂ ਗੱਲਾਂ ਬੇਅਦਬੀ ਦੀਆਂ ਹੋਈਆਂ ਬਰਗਾੜੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, STPEC ਦੀਆਂ 328 ਮਾਰਗ ਦੇ ਸਰੂਪ ਗਵਰਨ ਕਰ ਦਿੱਤੇ ਗਏ ਹੈ, ਜਿਹੜੀਆਂ ਸਾਡੀਆਂ ਪ੍ਰਾਚੀਨ ਬਿਲਡਿੰਗ ਸੀਗੀਆਂ ਜਿਵੇਂ ਤਰਨ ਤਾਰਨ ਸਾਹਿਬ ਦੀ DOD, ਉਸ ਨੂੰ ਤੋੜ ਦਿੱਤਾ ਗਿਆ, ਧਿਆਨ ਦਿੱਤਾ ਹੈਗਾ। ਅਤੇ ਇਹ ਚੀਜ਼ਾਂ ਦੇ ਉੱਤੇ ਅਜੇ ਤੱਕ STPEC ਨੇ ਗੱਲ ਨਹੀਂ ਕੀਤੀ ਹੈ। ਉਹਨਾਂ ਨੂੰ ਸ਼ਰਮ ਆਉਂਦੀ ਹੈ ਕਿ ਇਹੋ ਜਿਹੀਆਂ ਗੱਲਾਂ ਅਸੀਂ ਕਰੀਏ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਸੰਗਰੂਰ ਦੇ ਵਿੱਚ ਸਾਡੀ ਪਾਰਟੀ ਨੇ ਅਤੇ ਮੈਂ ਪੂਰਾ ਦਿਲ ਲਾ ਕੇ 5 ਸਾਲ ਕੰਮ ਕੀਤਾ ਹੈਗਾ। ਅਗਲੀ ਚੀਜ਼ ਹੈ, ਸੁਖਬੀਰ ਸਿੰਘ ਜੀ ਮਿਲਣ ਆਏ ਸੀਗੇ, ਚੰਦੂ ਮਾਜਰਾ ਸਾਹਿਬ ਸੀਗੇ, ਫਿਰ ਧਾਮੀ ਸਾਹਿਬ STPEC ਦੇ ਪ੍ਰਧਾਨ ਸੀਗੇ, ਫਿਰ ਆਪਣੇ ਦੂਜੇ MP ਸੀਗੇ, ਅ
ਭੁੰਦੜ ਸਾਹਿਬ ਇਹਨਾਂ ਦਾ ਰਵੱਈਆ ਜਿਹੜਾ ਮੈਂ ਕੱਲ ਦੇਖਿਆ ਮੈਂ ਮਹਿਸੂਸ ਕੀਤਾ ਕਿ ਇਹ ਗੱਲ ਤਾਂ ਕੋਈ ਕਰਦੇ ਨਹੀਂ ਇਹ ਤਾਂ ਮੇਰੇ ਨਾਲ ਮਖੌਲ ਕਰਨ ਆਏ ਹੈ ਇਹਨਾਂ ਨੇ ਕਿਹਾ ਕਿ ਆਪਾਂ ਕੋਈ ਸਾਂਝਾ ਕੈਂਡੀਡੇਟ ਲੱਭੀਏ ਜਿਹੜਾ ਬੰਦੀਆਂ ਦੇ ਵਿੱਚੋਂ ਹੋਵੇ ਮੈਂ ਕਿਹਾ 5 ਸਾਲ ਤਾਂ ਮੈਂ ਬੰਦੀ ਰਿਹਾ 3 ਸਾਲ ਬਾਦਲ ਸਾਹਿਬ ਦਾ ਬੇਅੰਤ ਸਿੰਘ ਦਾ ਕੈਪਟਨ ਸਾਹਿਬ ਦਾ ਰਾਜ ਰਿਹਾ ਉਹਨਾਂ 3 ਸਾਲਾਂ 'ਚ ਫਿਰ ਮੈਂ ਜੇਲ੍ਹ ਦੇ ਵਿੱਚ ਰਿਹਾ 5 ਸਾਲ ਤਾਂ ਭਾਗਲਪੁਰ 'ਚ ਰਿਹਾ 3 ਸਾਲ ਤੁਹਾਡੀਆਂ ਜੇਲ੍ਹਾਂ 'ਚ ਮੈਂ ਰਿਹਾ ਅਤੇ ਮੇਰੇ ਨਾਲੋਂ ਜ਼ਿਆਦਾ ਪਾਰਲੀਮੈਂਟ ਦੇ ਵਿੱਚ ਬੰਦੀਆਂ ਦੇ ਬਾਰੇ ਕਿਹੜਾ ਗੱਲ ਕਰੂਗਾ ਫਿਰ ਮੈਂ ਕਿਹਾ ਕਿ ਜੇ ਤੁਸੀਂ ਸੰਜੀਦਗੀ ਦੇ ਨਾਲ ਕਰਦੇ ਹੋ ਕਿ ਬੰਦੀਆਂ ਨੂੰ ਉੱਤਮ ਕਰਨਾ ਤਾਂ ਸੁਖਬੀਰ ਸਿੰਘ ਜੀ ਤੁਸੀਂ ਆਪਣੀ ਪ੍ਰਧਾਨਗੀ ਛੱਡ ਕੇ ਬੰਦੀ ਸਿੰਘ ਨੂੰ ਗੁਰਦੁਆਰਾ ਕਮੇਟੀ SGPC ਦਾ ਪ੍ਰਧਾਨ ਬਣਾਓ ਧਾਮੀ ਸਾਹਿਬ ਤੁਸੀਂ SGPC ਦੀ ਗੱਦੀ ਛੱਡੋ ਪ੍ਰਧਾਨ ਦੀ ਉੱਥੇ ਬੰਦੀ ਸਿੰਘ ਲਾਓ ਧੁੰਮਾ ਜੀ ਤੁਸੀਂ ਆਪਣੀ ਟਕਸਾਲ ਦੀ ਜਥੇਦਾਰੀ ਛੱਡੋ ਉੱਥੇ ਬੰਦੀ ਸਿੰਘ ਬਿਠਾਓ ਫਿਰ ਤੁਸੀਂ ਕਿਸੇ ਨੂੰ ਆ ਕੇ ਇਖਲਾਕੀ ਤੌਰ 'ਤੇ ਕਹਿ ਸਕਦੇ ਹੋ ਕਿ ਤੁਸੀਂ ਇਹ ਬੰਦੀਆਂ ਸਿੰਘਾਂ ਦੇ ਲਈ ਇਹ ਸੀਟ ਛੱਡ ਦਿਓ ਹੁਣ ਜਦੋਂ ਮੂਸੇਵਾਲ ਸਾਹਿਬ ਨੇ ਮੈਨੂੰ ਆਪ ਕਿਹਾ ਟੈਲੀਫੋਨ 'ਤੇ ਕਿਹਾ ਰਿਕਾਰਡਡ ਹੈ ਕਿ ਅਸੀਂ ਤੁਹਾਡੀ ਅੰਦਾਜ਼ ਪੂਰੀ ਕਰਨੀ ਹੈ ਅਤੇ ਜਿਹੜੀ ਮੈਂ ਹੱਥ ਨਾਲ ਆਪਣੀ ਟਰੋਲੀ ਬਣਵਾਈ ਹੈ ਜਿਹਦੇ ਉੱਤੇ AK-47 ਦੀਆਂ ਵੀ ਲੱਗੀਆਂ ਹੋਈਆਂ ਮੋਹਰਾਂ ਕਿ ਮੈਂ ਟਰੈਕਟਰ ਚਲਾ ਕੇ ਤੁਹਾਨੂੰ ਮਸਤੂਆਣਾ ਸਾਹਿਬ ਤੋਂ ਲਿਜਾ ਕੇ ਤੁਹਾਡੇ ਕਾਗਜ਼ ਅਸੀਂ ਭਰਾਉਣੇ ਹੈ ਫਿਰ ਜਿਹੜੇ ਸੰਦੀਪ ਸਿੰਘ ਸਿੱਧੂ ਸਾਹਿਬ ਸੀਗੇ ਉਹਨਾਂ ਦੀ ਜਿਹੜੀ ਪਾਰਟੀ ਹੈ ਵਾਰਸ-ਏ-ਪੰਜਾਬ ਉਹਨਾਂ ਨੇ ਵੀ ਕਿਹਾ ਕਿ ਅਸੀਂ ਤੁਹਾਨੂੰ ਲੜਾਉਣਾ ਹੈ ਤਾਂ ਫਿਰ ਕਹਿਣ ਦਾ ਮਤਲਬ ਹੈ ਕਿ ਜਦੋਂ ਤੁਹਾਡੇ ਕੋਲ ਕੋਈ ਕੈਂਡੀਡੇਟ ਤਾਂ ਹੈ ਨਹੀਂ ਗਾ ਤੁਸੀਂ ਪਾਣੀ ਦੇ ਵਿੱਚ ਤਲਵਾਰਾਂ ਮਾਰੀ ਜਾਂਦੇ ਹੋ ਜਾਂ ਤਾਂ ਕੋਈ ਗੱਲ ਕਰੋ ਟੇਬਲ ਦੇ ਉੱਤੇ ਤੁਹਾਡੇ ਕੋਲ ਕੋਈ ਕੈਂਡੀਡੇਟ ਨਹੀਂ ਸਿਰਫ ਤੁਸੀਂ ਆਏ ਹੋ ਕਿ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ ਬੇਸ਼ੱਕ ਸਾਰਾ ਪਿੰਡ ਮਰ ਜਾਵੇ ਅਤੇ ਮੈਂ ਕਿਹਾ ਇਹੋ ਜਿਹੀ ਤੁਸੀਂ ਨਿਸ਼ਚੇ ਨਾਲ ਆਏ ਹੋ ਅੱਜ ਵੀ ਮੈਂ ਚੰਦੂ ਮਾਜਰਾ ਸਾਹਿਬ ਨੂੰ ਕਿਹਾ ਕਿ ਤੁਸੀਂ ਕੱਲ੍ਹ ਮਖੌਲ ਕਰਕੇ ਗਏ ਹੋ ਅਤੇ ਤੁਸੀਂ ਕੋਈ ਸੰਜੀਦਗੀ ਦੀ ਗੱਲ ਨਹੀਂ ਕੀਤੀ ਹੈਗੀ ਅਤੇ ਤੁਹਾਡੀ ਬਹੁਤ ਵੱਡੀ ਪਾਰਟੀ ਹੈ ਤੁਸੀਂ ਰਾਜ ਕੀਤਾ ਤੁਸੀਂ ਸੈਂਟਰ ਦੇ ਨਾਲ ਚੱਲਦੇ ਰਹੇ ਹੋ ਪਰ ਅੱਜ ਪੰਜਾਬ ਦਾ ਮਸਲਾ ਹੈ ਕਿ ਦਿੱਲੀ ਜਾਂ ਪੰਜਾਬ ਜਿਹੜੀ ਹਕੂਮਤ ਦਿੱਲੀ ਤੋਂ ਆਊਗੀ ਉਹ ਪੰਜਾਬ ਦਾ ਕੀ ਕਰ ਸਕੂਗੀ ਆਹ ਮੂਸੇਵਾਲ ਸਾਹਿਬ ਨੂੰ ਮਰਵਾ ਤਾ ਸਿਕਿਉਰਿਟੀ ਉਹਨਾਂ ਦੀ ਵਾਪਸ ਲੈ ਲਈ ਪਰ ਜਿਹੜਾ ਸਿਕਿਉਰਿਟੀ ਦਾ ਸਿਸਟਮ ਹੁੰਦਾ ਹੈ ਉਹਦੇ ਵਿੱਚ ਪਹਿਲਾਂ ਲਿਖਿਆ ਜਾਂਦਾ ਹੈ ਕਿ ਇਹ ਸਿਕਿਉਰਿਟੀ ਕਾਹਦੇ ਲਈ ਚਾਹੀਦੀ ਹੈ ਅਤੇ ਜਦੋਂ ਇਸ ਨੂੰ ਵਾਪਸ ਲਈਦਾ ਫਿਰ ਉਹੀ ਫਾਈਲ ਪੜ੍ਹੀਦਾ ਕਿ ਜਿਹੜੀ ਜ਼ਰੂਰਤ ਦੇ ਲਈ ਇਹਨਾਂ ਨੂੰ ਅਸੀਂ ਸਿਕਿਉਰਿਟੀ ਦਿੱਤੀ ਹੈ ਉਹ ਖਤਮ ਹੋ ਗਈ ਹੈ ਕਿ ਨਹੀਂ ਹੋਈ ਕਿ ਇਹ ਨਵੀਂ ਸਰਕਾਰ ਅਤੇ ਸੈਂਟਰ ਸਰਕਾਰ ਨੇ ਦੇਖਿਆ ਫਿਰ ਇੱਕ ਬਹੁਤ ਵੱਡਾ ਇਹ ਦਿੱਲੀ ਪੁਲਿਸ ਨੇ ਇੱਕ ਇਹੋ ਜਿਹਾ ਬੰਦਾ ਫੜ ਲਿਆ ਸੀ ਸ਼ਾਹਰੁਖ ਦਿੱਲੀ ਪੁਲਿਸ ਨੇ ਫੜਿਆ ਜਿਹੜਾ ਇਸ ਗੈਂਗ ਦੇ ਵਿੱਚ ਸੀਗਾ ਉਹਨੇ ਦਿੱਲੀ ਪੁਲਿਸ ਨੂੰ ਦੱਸਿਆ ਕਿ ਅਸੀਂ ਨਿਸ਼ਾਨਾ ਕੱਸਿਆ ਹੋਇਆ ਮੂਸੇਵਾਲ ਸਾਹਿਬ 'ਤੇ ਅਤੇ ਫਿਰ ਦਿੱਲੀ ਪੁਲਿਸ ਕਹਿੰਦੀ ਹੈ ਕਿ ਅਸੀਂ ਪੰਜਾਬ ਨੂੰ ਵਾਕਫੀਅਤ ਦਿੱਤੀ ਹੈ ਇੰਟੈਲੀਜੈਂਸ ਬਿਊਰੋ ਦਾ ਵੀ ਲੇਖ ਆਇਆ ਕਿ ਅਸੀਂ ਵੀ ਪੰਜਾਬ ਗਵਰਨਮੈਂਟ ਨੂੰ ਮੂਸੇਵਾਲ ਸਾਹਿਬ ਬਾਰੇ ਕਿਹਾ ਕਿ ਇਹਨਾਂ ਨੂੰ ਖਤਰਾ
ਤਾਂ ਫਿਰ ਤੁਸੀਂ ਉਹਨਾਂ ਦੀ ਸਿਕਿਉਰਿਟੀ ਕਿਉਂ ਘਟਾਈ ਹੈ? ਨਾ ਕਾਂਗਰਸ ਨੇ ਕੋਈ ਜਿੱਦ ਕੀਤੀ ਹੈ, ਨਾ ਬਾਦਲ ਦਲ ਨੇ ਕੀਤੀ ਹੈ, ਨਾ ਹੋਰ ਕਿਸੇ ਨੇ, ਕਿ ਜਦੋਂ ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਖਤਰਾ ਹੈ, ਅਮਿਤ ਸ਼ਾਹ ਨੂੰ ਵੀ ਪਤਾ ਹੈ, ਸੈਂਟਰ ਦੇ ਹੋਮ ਸੈਕਟਰੀ ਭੱਲਾ ਸਾਹਿਬ ਨੂੰ ਵੀ ਪਤਾ ਹੈ, ਅਤੇ ਫਿਰ ਸੈਂਟਰ ਨੇ ਕਿਉਂ ਸਿਕਿਉਰਿਟੀ ਉਹਨਾਂ ਦੀ ਵਾਪਸ ਕੀਤੀ ਗਈ? ਹੁਣ ਸੈਂਟਰ ਕਹਿੰਦਾ ਜ਼ੈੱਡ ਸਿਕਿਉਰਿਟੀ ਲੈ ਲਓ। ਹੁਣ ਜਦੋਂ ਘੋੜਾ ਤਬੇਲੇ ਦੇ ਵਿੱਚੋਂ ਨਿਕਲ ਜਾਏ ਅਤੇ ਉਦੋਂ ਬਾਅਦ ਤਬੇਲੇ ਦੇ ਦਰਵਾਜ਼ੇ ਨੂੰ ਜਿੰਦਾ ਲਾ ਦਿਓ, ਉਹ ਤਾਂ ਕੋਈ ਰੁੱਖ ਨਹੀਂ ਹੁੰਦਾ। ਜਦੋਂ ਤੁਹਾਨੂੰ ਪਤਾ ਸੀ ਕਿ ਮੂਸੇਵਾਲ ਸਾਹਿਬ ਨੂੰ ਮਾਰ ਦੇਣਾ, ਤਾਂ ਫਿਰ ਹੁਣ ਇਹ ਕੀ ਫਾਇਦਾ ਇਹ ਜ਼ੈੱਡ ਸਿਕਿਉਰਿਟੀ ਦੇਣ ਦਾ, ਜਾਂ ਇਹ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਉਹਨਾਂ ਤੋਂ ਵੀ ਸਿਕਿਉਰਿਟੀ ਵਾਪਸ ਲੈ ਜੀ? ਸੈਂਟਰ ਕਹਿੰਦਾ ਜ਼ੈੱਡ ਸਿਕਿਉਰਿਟੀ ਲੈ ਲਓ। ਇਹ ਜਿਹੜੀ ਜ਼ੈੱਡ ਸਿਕਿਉਰਿਟੀ ਸਰਕਾਰ ਦੀ ਲੈਣੀ ਹੁੰਦੀ ਹੈ, ਇਹ ਠੀਕ ਹੈ, ਜਿਹੜੇ ਬੰਦਿਆਂ ਨੂੰ ਅਣਖ ਨਹੀਂ ਹੈ ਉਹ ਲੈ ਲੈਂਦੇ ਹੈ, ਪਰ ਇੱਕ ਸਰਕਾਰ ਦੇ ਲਈ ਸੈਂਟਰ ਦੀ ਜਾਂ ਪੰਜਾਬ ਦੀ ਸਿਕਿਉਰਿਟੀ ਲੈਣੀ ਇੱਕ ਸ਼ਰਮ ਦੀ ਗੱਲ ਹੈ। ਇਹਦਾ ਮਤਲਬ ਹੈ ਕਿ ਤੁਸੀਂ ਜਰੈਮ ਪੇਸ਼ਾ ਲੋਕ ਹੋ, ਤੁਸੀਂ ਸਮਗਲਿੰਗ ਕੀਤੀ ਹੈ, ਸਮੈਕ ਕੀਤੀ ਹੈ, ਕੋਕੇਨ ਕੀਤੀ ਹੈ, ਜਾਂ ਹੋਰ ਕੰਮ ਕੀਤੇ ਹੈ ਜਿਹਦੇ ਲਈ ਤੁਸੀਂ ਕਤਲ ਵੀ ਕੀਤੇ ਹੈ, ਜਿਹਦੇ ਲਈ ਤੁਹਾਨੂੰ ਸਿਕਿਉਰਿਟੀ ਚਾਹੀਦੀ ਹੈ, ਅਤੇ ਜਦੋਂ ਜੇ ਤੁਸੀਂ ਇਹੋ ਜਿਹੇ ਕੰਮ ਨਹੀਂ ਕੀਤੇ ਫਿਰ ਤੁਹਾਨੂੰ ਸਿਕਿਉਰਿਟੀ ਕਿਉਂ ਚਾਹੀਦੀ ਹੈ ਜੀ? ਕਿ ਜਿਹੜਾ ਇਹ ਅੱਜ ਹੋ ਰਿਹਾ, ਹੁਣ ਜੇ ਪੰਜਾਬ ਦਾ ਬਾਰਡਰ ਖੋਲ੍ਹਣਗੇ ਤਾਂ ਸਾਡੇ ਜ਼ਿਮੀਂਦਾਰਾਂ ਦੀ, ਸਾਡੇ ਲਾਲੇ ਬਾਣੀਆਂ ਦੀ ਜਿਹੜੀ ਆਮਦਨ ਹੈ ਬਹੁਤ ਜ਼ਿਆਦਾ ਵੱਧ ਜੂਗੀ। ਜਿਹੜਾ WTO ਹੈ, ਵਰਲਡ ਟ੍ਰੇਡ ਔਰਗਨਾਈਜੇਸ਼ਨ, ਉਹਨਾਂ ਦਾ ਹੁਕਮ ਹੈ ਕਿ ਤੁਸੀਂ ਬਾਰਡਰ ਖੋਲ੍ਹੋ, ਇੰਡੀਆ ਦੇ ਉਹਦੇ ਉੱਤੇ ਦਸਤਖਤ ਹੈ, ਪਰ ਕਿਉਂ ਕਰਕੇ ਇੱਡੀ ਤਕੜੀ ਦੁਸ਼ਮਣੀ ਹਿੰਦੂ ਅਤੇ ਮੁਸਲਮਾਨ ਦੀ ਹੈ, ਉਹਦੇ ਵਿੱਚ ਅਸੀਂ ਸਿੱਖ ਲੋਕ ਪੰਜਾਬ ਦੇ ਰਗੜੇ ਜਾ ਰਹੇ ਹਾਂ ਕਿ ਉਹ ਦੁਸ਼ਮਣੀ ਕਰਕੇ ਵਾਹਗਾ ਦਾ ਬਾਰਡਰ ਨਹੀਂ ਖੋਲ੍ਹਦੇ। ਹੁਣ ਜਿੰਨੀ ਵੀ ਮਸ਼ੀਨਰੀ ਜ਼ਿਮੀਂਦਾਰਾਂ ਦੀ ਬਣਦੀ ਹੈ ਉਹ ਜਾਂਦੀ ਹੈ ਪਾਕਿਸਤਾਨ। ਹੁਣ ਪਟਾਲੇ ਤੋਂ ਬਣ ਕੇ ਜਾਂ ਰਾਜਪੁਰੇ ਤੋਂ ਬਣ ਕੇ ਉਹ ਜਾਊਗੀ ਗੁਜਰਾਤ, ਗੁਜਰਾਤ ਤੋਂ ਜਾਊਗੀ ਕਰਾਚੀ, ਕਰਾਚੀ ਤੋਂ ਆਊਗੀ ਪੰਜਾਬ ਦੇ ਵਿੱਚ, ਅਤੇ ਬਟਾਲੇ ਜਿਹੜੀ ਬਣਦੀ ਹੈ ਉਹਦੀ ਵੱਟ ਲੱਗਦੀ ਹੈ ਸਿਆਲਕੋਟ ਜ਼ਿਲ੍ਹੇ ਦੇ ਨਾਲ। ਅਤੇ ਮੇਰਾ ਮਤਲਬ ਹੈ ਕਿ ਇਹ ਸਿੱਧੀ ਇਹ ਕਿਉਂ ਨਹੀਂ ਬਾਰਡਰ ਟੱਪ ਸਕਦੀ ਮਸ਼ੀਨਰੀ? ਇਹੀ ਹੈ ਕਿ ਇਹ ਸਿੱਖਾਂ ਦਾ ਇਹ ਸੂਬਾ ਹੈਗਾ, ਇਹੋ ਜਿਹੀ ਚੀਜ਼ ਕਰਨੀ ਅਤੇ ਮੋਦੀ ਸਾਹਿਬ ਅਤੇ ਅਮਿਤ ਸ਼ਾਹ ਪੂਰਾ ਰਾਜ ਕਰ ਰਹੇ ਪੰਜਾਬ ਦੇ ਵਿੱਚ, ਭਗਵੰਤ ਜੀ ਤਾਂ ਕਰ ਨਹੀਂ ਰਹੇ, ਇਹਨਾਂ ਦੇ ਉੱਤੇ ਤਾਂ ਇੱਕ ਚੱਡਾ ਸਾਹਿਬ ਦਿੱਲੀ ਦੇ ਵਿੱਚ MP ਬਣਾਤਾ ਹੈ, ਉਹਨੂੰ ਵਜ਼ੀਰ ਦੀ ਕੋਠੀ ਦੇਤੀ ਹੈ, ਰਾਜ ਤਾਂ ਚੱਡਾ ਸਾਹਿਬ ਕਰ ਰਹੇ ਹੈ ਇੱਥੇ। ਭਗਵੰਤ ਜੀ ਤਾਂ ਵੈਸੇ ਹੀ ਹੈ ਕਿ ਇਹ ਖਾਨਾ ਪੂਰੀ ਕਰਨ ਦੇ ਲਈ ਉਹਨਾਂ ਨੂੰ ਇੱਥੇ ਲਾਤਾ, ਜਿੱਥੇ ਜਾਂਦੇ ਆ ਕਹਿੰਦੇ ਇਨਕਲਾਬ ਹੋਊਗਾ। ਹੁਣ ਕਿਹੜਾ ਆਮ ਪਾਰਟੀ ਕਿਹੜਾ ਇਨਕਲਾਬ ਚਾਹੁੰਦੀ ਹੈ? ਮੈਨੂੰ ਪਤਾ ਤਾਂ ਲੱਗੇ ਸਰਦਾਰ ਭਗਤ ਸਿੰਘ ਦਾ ਚਾਹੁੰਦੀ ਹੈ। ਸਰਦਾਰ ਭਗਤ ਸਿੰਘ ਨੇ 2 ਬੇਗੁਨਾਹ ਪੁਲਿਸ ਅਫਸਰ ਮਾਰਤੇ ਸੀਗੇ, ਇੱਕ ਅੰਗਰੇਜ਼ ਸੀਗਾ, ਇੱਕ ਹੈੱਡ ਕੌਂਸਟੇਬਲ ਅੰਮ੍ਰਿਤਧਾਰੀ ਚੰਨਨ ਸਿੰਘ ਸੀਗਾ, ਇੱਕ ਅੰਗਰੇਜ਼ ਦਾ ਨਾਂ ਸੀ ਸੌਂਡਰਸ। ਫਿਰ ਦਿੱਲੀ ਦੀ ਅਸੈਂਬਲੀ ਦੇ ਵਿੱਚ ਉਹਨਾਂ ਨੇ ਬੰਬ ਸਿੱਟਤਾ ਸੀਗਾ। ਤੁਸੀਂ ਕਹਿੰਦੇ ਹੋ ਟੈਰਰਿਜ਼ਮ ਹੈ, ਅਤੇ ਇਹ ਟੈਰਰਿਜ਼ਮ ਤੋਂ ਘੱਟ ਹੈ ਕਿ ਪੁਲਿਸ ਵਾਲੇ ਮਾਰਤੇ ਅਤੇ ਇੰਡੀਆ ਦੀ ਅਸੈਂਬਲੀ ਦੇ ਵਿੱਚ ਬੰਬ ਸਿੱਟਤਾ, ਅਤੇ ਜੋ ਫਟ ਜਾਂਦਾ ਤੁਹਾਡੇ ਮੇਰੇ ਵਰਗੇ ਮਰ ਜਾਣੇ ਸੀਗੇ।
ਉਹਨਾਂ ਦੀ ਫੋਟੋ ਹਰੇਕ ਆਪਣੇ ਕਮਰਿਆਂ 'ਚ ਲਾਈ ਹੋਈ ਹੈ। ਹੁਣ ਫਰਜ਼ ਕਰ ਲਓ ਕਿ ਅੱਜ ਭਗਵੰਤ ਜੀ ਇੱਥੇ ਆਏ ਹੈ, ਇਹਨਾਂ ਦੇ ਪੁਲਿਸ ਦਾ ਇੰਸਪੈਕਟਰ ਕੋਈ ਮਾਰ ਦੇਵੇ, ਫਿਰ ਭਗਵੰਤ ਜੀ ਤਾਂ ਕਹਿਣਗੇ ਤਾਂ ਜਾਇਜ਼ ਮਾਰਿਆ, ਇਹ ਤਾਂ ਪੁਲਿਸ ਵਾਲਾ ਸੀ, ਕਿਉਂ ਕਰਕੇ ਭਗਵੰਤ ਭਗਤ ਸਿੰਘ ਜੀ ਵੀ ਮਾਰ ਦਿੰਦੇ ਸੀਗੇ ਪੁਲਿਸ ਵਾਲਿਆਂ ਨੂੰ, ਬੇਗਨਾਹ ਪੁਲਿਸ ਵਾਲਿਆਂ ਨੂੰ ਮਾਰ ਦਿੰਦੇ ਸੀਗੇ। ਸੋ ਮੇਰਾ ਮਤਲਬ ਕੋਈ ਦਲੀਲ ਹੈ ਨਹੀਂ ਇਹਨਾਂ ਦੇ ਕੋਲ, ਅਤੇ ਨਾ ਕੋਈ ਦਲੀਲ ਵਾਲਾ ਹੈਗਾ ਇਹਨਾਂ ਨੂੰ ਦੇਣ 'ਤੇ, ਦਿੱਲੀ ਤੋਂ ਸਾਰਾ ਚੱਲੀ ਜਾਂਦਾ ਹੈਗਾ। ਮਾਨ ਸਾਹਿਬ, ਜੇਕਰ ਗੱਲ ਕਰੀਏ ਬੀਜੇਪੀ 'ਚ ਕਾਂਗਰਸ ਦੇ ਕਈ ਲੀਡਰ ਸ਼ਾਮਿਲ ਹੋ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ ਵੀ ਕੀ ਕਾਰਨ ਨੇ? ਅਤੇ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਨੂੰ ਵੀ ਅੱਜ ਬੁਲਾਇਆ ਗਾ ਮਿਲਣ ਲਈ, ਇਹਨੂੰ ਰਾਜਨੀਤਿਕ ਰੰਗਤ? ਇਹ ਆਪਾਂ ਮੂਸੇਵਾਲ ਸਾਹਿਬ ਦੇ ਬਾਰੇ ਕਾਹਨੂੰ ਕੁਛ ਕਰਨਾ, ਇਹ ਉਹਨਾਂ ਦਾ ਭੋਗ ਪਊਗਾ 8 ਤਰੀਕ ਨੂੰ, ਉਸ ਤੋਂ ਬਾਅਦ ਦੇਖਾਂਗੇ ਕੀ ਹੋ ਰਿਹਾ। ਸਰਦਾਰ ਸਿੰਘ ਜੋਲ ਜੀ ਨੇ ਪ੍ਰਸਤਾਵ ਰੱਖਿਆ, ਉਹਨਾਂ ਦੇ ਸਰਦਾਰਾ ਸਿੰਘ ਜੋਲ ਜੀ ਨੇ ਰੱਖਿਆ ਪ੍ਰਸਤਾਵ ਬਲਕੌਰ ਸਿੰਘ ਜੀ ਨੂੰ ਉਮੀਦਵਾਰ ਲੈਣੇ ਜਾਵੇ, ਕਿੰਨੇ ਰੱਖਿਆ? ਰਾਜਾ ਬੜਿੰਗ ਨੇ ਵੀ ਕਹਿਤਾ ਜੀ, ਕਾਂਗਰਸ ਰਾਜਾ ਬੜਿੰਗ ਨੇ ਵੀ ਕਹਿਤਾ ਕਿ ਬਿਨਾਂ ਚੋਣਾਂ ਤੋਂ ਉਹਨਾਂ ਦੇ ਪਿਤਾ ਜੀ ਨੂੰ ਸੰਗਰੂਰ ਤੋਂ ਜਿਮਨੀ ਚੋਣਾਂ ਤੋਂ ਬਿਨਾਂ ਦੇ ਸਾਰੇ ਬੰਦੇ ਤਾਂ ਬੀਜੇਪੀ ਚ ਭੱਜੇ ਜਾਂਦੇ ਹੈ, ਉਹਨਾਂ ਕੋਲੇ ਕੋਈ ਕੈਂਡੀਡੇਟ ਤਾਂ ਹੈ ਨਹੀਂ, ਐਵੇਂ ਫਿਰ ਪਾਣੀ ਦੇ ਵਿੱਚ ਤਲਵਾਰਾਂ ਹੀ ਮਾਰੀ ਜਾਂਦੇ ਆ। ਹਾਂ, ਮੈਂ ਬਿਲਕੁਲ ਸੁਰੱਖਿਅਤ ਹੈ, ਮੈਨੂੰ ਕੀ ਕਿਸੇ ਨੇ ਕਹਿਣਾ, ਮੈਂ ਤਾਂ ਤੁਹਾਡੇ ਕੰਮ ਕਰਦਾ, ਕੋਈ ਮਾੜਾ ਕੰਮ ਤਾਂ ਕੀਤਾ ਨਹੀਂ। ਤੇ ਹੁਣ ਮੈਂ 70 ਸਾਲਾਂ ਦਾ ਹੋ ਗਿਆ, 2 ਸਾਲਾਂ 'ਚ ਬਿਮਾਰ ਹੋ ਜੂਗਾ, ਮੰਜੇ 'ਚ ਪੈ ਜੂਗਾ, ਕੈਂਸਰ ਹੋ ਜੂਗਾ, ਮੰਜੇ 'ਤੇ ਪੈ ਕੇ ਮਰਨਾ ਸਿੱਖ ਦੇ ਲਈ ਹਰਾਮ ਹੈ, ਜੇ ਜਿਉਂਦੇ ਜਾਗਦੇ ਮੈਨੂੰ ਕੋਈ ਗੋਲੀ ਮਾਰ ਦੂਗਾ ਤਾਂ ਫਿਰ ਮੇਰਾ ਮਤਲਬ ਸਿੱਖ ਵਰਗਣ ਮੈਂ ਆਪਣੀ ਮੌਤ ਨੂੰ ਤਾਂ ਛੂੰਗਾ, ਮੈਨੂੰ ਕਾਹਦਾ ਡਰ ਹੈ? ਇਹਨਾਂ ਨੂੰ ਪੁੱਛੋ ਤੁਹਾਡਾ ਡਰ ਕਿਉਂ ਹੈ, ਅਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਪ੍ਰੇਮ ਕਿਉਂ ਹੈ ਜ਼ਿੰਦਗੀ ਦਾ, ਜਦੋਂ ਤੁਸੀਂ ਲੁੱਟਾਂ ਮਾਰਾਂ ਤਾਂ ਕਰੀ ਜਾਣੀ ਹੈ। ਸਰ, ਜਿਵੇਂ ਸੀਐਮ ਭਗਵੰਤ ਮਾਨ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਐਲਾਨ ਕਰਦੇ ਹੋਏ ਸਟੇਜਾਂ, ਕਿਉਂਕਿ ਸਕਿਉਰਟੀ ਲੀਡਰਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ, ਅੱਜ 2-2 ਹਜ਼ਾਰ ਸਕਿਉਰਟੀ ਦਾ ਬੰਦਾ ਲੈ ਕੇ ਨਾਲ ਘੁੰਮ ਰਿਹਾ, ਕੀ ਲੱਗਦਾ ਤੁਹਾਨੂੰ? ਫਿਰ ਮੈਂ ਦੱਸਿਆ ਤਾਂ ਹੈ, ਮਾਨ ਸਾਹਿਬ ਘੁੱਗੀ ਵਰਗਾ ਦਿਲ ਕਰੀ ਜਾਂਦਾ। ਮਾਨ ਸਾਹਿਬ, ਤੁਸੀਂ ਪਿਛਲੇ ਦਿਨ ਕਿਹਾ ਸੀ ਵੀ ਮੈਂ ਕੈਂਡੀਡੇਟ ਹਾਂ, ਕੈਂਡੀਡੇਟ ਇੱਕ ਮੰਗਤਾ ਹੁੰਦਾ, ਹਰ ਪਾਰਟੀ ਕੋਲ ਅਪਰੋਚ ਕਰੂਗਾ। ਹਾਂ ਹਾਂ, ਤੁਸੀਂ ਢੀਂਡਸਾ ਸਾਹਿਬ ਕੋਲ ਅਪਰੋਚ ਕਰੋਗੇ ਜਾਂ ਕੈਪਟਨ ਅਮਰਿੰਦਰ ਸਿੰਘ ਕੋਲ ਅਪਰੋਚ ਕਰੋਗੇ? ਸਾਰਿਆਂ 'ਚ ਕਰਤੀ ਜੀ ਮੈਂ। ਕੀ ਰਿਸਪੋਂਸ ਮਿਲਿਆ ਜੀ ਢੀਂਡਸਾ ਜੀ? ਕਈਆਂ ਤੋਂ ਤਾਂ ਬਹੁਤ ਪੋਜ਼ਿਟਿਵ ਮਿਲਿਆ। ਤੁਸੀਂ ਵੀ ਕਾਗਜ਼ ਭਰਤੇ ਜੀ ਆਪ ਪਾਰਟੀ ਨੇ ਭਰਤੇ, ਬਾਕੀ 2 ਦਿਨ ਰਹਿ ਗਏ ਜੀ, ਕੋਈ ਉਮੀਦਵਾਰ ਨਹੀਂ ਆ ਰਿਹਾ ਜੀ, ਕਿਸ ਤਰ੍ਹਾਂ ਦੇਖਦੇ ਹੋ? ਇਹ ਡਰ ਹੈ ਜਾਂ ਵਜੂਦ ਦੀ ਲੜਾਈ ਹੈ, ਤੁਸੀਂ ਸਮਝਦੇ ਵੀ ਇਹਦੇ ਨਾਲ ਭਵਿੱਖ ਤੈਅ ਹੋਊਗਾ ਰਾਜਨੀਤੀ ਦਾ ਜਿਹੜਾ ਇਹ ਇਲੈਕਸ਼ਨ ਜਿੱਤਦਾ? ਜੋ ਕੁਛ ਇੰਡੀਆ ਦੇ ਵਿੱਚ ਅੱਜ ਕੱਲ੍ਹ ਹੋ ਰਿਹਾ ਹੈ ਇਹ ਇੰਨਾ ਮਾੜਾ ਹੋ ਰਿਹਾ ਹੈ, ਚੀਨ ਉੱਤੇ ਚੜਿਆ ਹੋਇਆ ਹੈ, 900 ਸਕੁਏਅਰ ਕਿਲੋਮੀਟਰ 2020 ਦੇ ਵਿੱਚ ਚੀਨ ਜ਼ਬਰਦਸਤੀ ਘੁਸਿਆ ਆ, ਅਜੇ ਤੱਕ ਇੰਡੀਆ ਉਹਦਾ ਜਵਾਬ ਨਹੀਂ ਦੇ ਰਿਹਾ, ਨਾ ਕਾਂਗਰਸ ਪੁੱਛ ਰਹੀ ਹੈ, ਨਾ ਹੋਰ ਕੋਈ ਪਾਰਟੀ ਪੁੱਛ ਰਹੀ ਹੈ ਕਿ ਚੀਨ ਅੰਦਰ ਘੁਸਿਆ ਹੋਇਆ ਹੈ, ਲੱਦਾਖ ਦੇ ਵਿੱਚ ਕੀ ਵਿਚਾਰ ਹੈ ਤੁਹਾਡਾ? ਸੋ ਮੇਰਾ ਮਤਲਬ ਜਦੋਂ ਇੰਡੀਆ ਦੇ ਵਿੱਚ ਜਾਣ ਹੀ ਨਹੀਂ ਹੈ ਤਾਂ ਫਿਰ ਆਪਾਂ ਕੀ ਕਰ ਸਕਦੇ ਹੈਗੇ ਹਾਂ? ਮੈਂ ਕਹਿੰਦਾ ਸੁਖਬੀਰ ਜੀ, ਤੁਸੀਂ ਤੁਹਾਨੂੰ ਦੱਸਿਆ ਤਾਂ ਹੈ ਕਿ ਤੁਸੀਂ ਆਪਣੀ ਥਾਂ 'ਤੇ ਕੋਈ ਬੰਦੇ ਰੱਖ ਲਓ, STPC ਦੇ ਪ੍ਰਧਾਨ ਨੂੰ ਵੀ ਕਿਹਾ ਤੁਸੀਂ ਗੱਦੀ ਛੱਡੋ ਅਤੇ ਬੰਦੀ ਨੂੰ ਰੱਖੋ। ਸਰ, ਜਦੋਂ ਤੁਸੀਂ ਇਹ ਚੀਜ਼ਾਂ ਕਹੀਆਂ, ਤੁਸੀਂ ਕਿਹਾ ਵੀ ਜਦੋਂ ਕੱਲ੍ਹ ਤੁਹਾਡੇ ਬਾਰੇ ਸਾਰੇ ਲੀਡਰਸ ਲੈ ਕੇ ਆਏ ਨੇ, ਤਾਂ ਤੁਸੀਂ ਜਦੋਂ ਉਹਨਾਂ ਨੂੰ ਜਵਾਬ ਦਿੱਤੇ ਤਾਂ ਉਹਨਾਂ ਦਾ ਜਵਾਬ ਕਿਸ ਤਰ੍ਹਾਂ ਦਾ? ਕਿਉਂਕਿ ਬਾਹਰ ਆ ਕੇ ਉਹਨਾਂ ਕੋਲ ਵਾਈਟਮਿਨ ਦਿੱਤੀ, ਮੀਡੀਆ ਅੱਗੇ ਬੋਲੇ ਵੀ ਨਹੀਂ ਕਿ ਅਸੀਂ ਬੋਲੇ ਨਹੀਂ, ਅਤੇ ਫਿਰ ਉਹ ਮੈਨੂੰ ਸ਼ਰਮਿੰਦਾ ਕਰਨ ਲਈ ਆਏ ਸੀ, ਹੋਰ ਕੀ, ਉਸ ਸੰਜੀਦਗੀ ਨਾਲ ਤਾਂ ਆਏ ਨਹੀਂ ਸੀ। ਫਿਰ ਤਦੇ ਉਹਨਾਂ ਦੀ ਪਾਰਟੀ ਘੁਰਦੀ ਜਾਂਦੀ ਹੈ, ਘੁਰਦੀ ਜਾਂਦੀ ਹੈ। ਇੱਕ ਪਾਰਟੀ ਦਾ ਪ੍ਰਧਾਨ ਹੋਵੇ, SCPC ਦਾ ਪ੍ਰਧਾਨ ਹੋਵੇ, ਉਹਦੇ ਨਾਲ ਮੈਂਬਰ ਪਾਰਲੀਮੈਂਟ ਘੁੰਦੜ ਸਾਹਿਬ ਹੋਣ, ਇੱਕ ਹੋਰ ਸੀਨੀਅਰ ਵਜ਼ੀਰ ਹੋਵੇ ਚੰਦੂ ਮਾਜਰਾ, ਅਤੇ ਮੇਰੇ ਨਾਲ ਮਾਹੌਲ ਕਰਕੇ ਚਲੇ ਜਾਣ, ਤਾਂ ਇਹ ਤਾਂ
पार्टी का किसी का काम नहीं है, उन्होंने भी पूछो कि सीटा निकलिया थोड़ा यह मेरे न गलबात करना यह मतलब कॉल करना है इसके और की करना है इसके ना तो प्रेस को कुछ कह सके जे उन्हों का मुद्दा हों कुछ दलील के नाल तो दस दे कि आ दलील है ये करके असी सिमरनजीत सिंह मान वट मिलना है पर बगैर दलील तो आ गए वह लोग हूँ फौज की रिक्रूटमेंट हटी हुई है फौज की रिक्रूटमेंट कदों शुरू होगी फिर जिहड़ा गन्ना है इन्हों का कम किवें सरकार सांभूगी जिहड़े साडे किसान हैगे है जिहड़े 700 पूरे हो गए है एजिटेशन के दौरान ना सेंटर ने पूछा ना पंजाब सरकार ने पूछा कि उन्होंने बच्चों का की करांगे उन्होंने नौकरियां किवें देवांगे उन्होंने मुड़ सेवा किवें करांगे कोई किसी को पता ही नहीं है